ਮੋਗਾ ਦੇ ਧਰਮਕੋਟ ਦੇ ਸਬ ਡਿਵੀਜ਼ਨ ਦੇ ਪਿੰਡ ਫਤਿਹਗੜ੍ਹ ਸਾਹਿਬ ਕੋਰੋਟੋਨਾ ਦੇ ਗੁਰਦੁਆਰਾ ਵਿੱਚ ਫੰਡਾਂ ਦੀ ਕਥਿਤ ਦੁਰਵਰਤੋਂ ਕਰਕੇ ਪੈਦਾ ਹੋਏ ਵਿਵਾਦ ਕਰਕੇ 53 ਸਾਲਾ ਵਿਅਕਤੀ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਪਹਿਚਾਣ ਜੰਗ ਸਿੰਘ ਦੇ ਵਜੋਂ ਹੋਈ ਹੈ, ਜੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਖਜ਼ਾਨਚੀ ਸੀ। ਗੋਲੀਬਾਰੀ ਗੁਰਦੁਆਰੇ ਦੇ ਬਾਹਰ ਹੋਈ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਜੰਗ ਸਿੰਘ ਨੇ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਹੋਰ ਮੈਂਬਰ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਕਮੇਟੀ ਮੈਂਬਰ ਬਾਲ ਬਾਲ ਬਚ ਗਿਆ। ਜੰਗ ਸਿੰਘ ਨੇ ਫਿਰ ਟਰੱਕ ਦੇ ਪਿੱਛੇ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਵੱਲੋਂ ਕੁੱਲ 4 ਗੋਲੀਆਂ ਚਲਾਈਆਂ ਗਈਆਂ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ। ਪੁਲਿਸ ਅਧਿਕਾਰੀਆਂ ਨੂੰ ਮੌਕੇ ਤੋਂ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਜੰਗ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 3 ਮੈਂਬਰਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੰਗ ਸਿੰਘ ਦੇ ਵਿਰੁੱਧ ਗੁਰਦੁਆਰੇ ਦੇ 7 ਲੱਖ ਰੁਪਏ ਦੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਸਨ, ਜਿਸ ਨੂੰ ਉਸਨੇ ਨਕਾਰ ਦਿੱਤਾ ਸੀ। ਇਹਦੇ ਵਿੱਚ ਇੱਕ ਨਾ ਕੋਈ ਪਹਿਲਾਂ ਪੁਰਾਣੀ ਕਮੇਟੀ ਅਤੇ ਹੁਣ ਕੋਈ ਨਵੀਂ ਕਮੇਟੀ ਜਿਹੜੀ ਗੁਰਦੁਆਰਾ ਸਾਹਿਬ ਦੀ ਬਣੀ ਸੀਗੀ, ਜਿਹਦੇ ਕੋਲ ਹਿਸਾਬ ਕਿਤਾਬ ਸੀਗਾ। ਪੁਰਾਣੀ ਕਮੇਟੀ ਦੇ ਕੋਈ ਹਿਸਾਬ ਕਿਤਾਬ ਜੰਗ ਸਿੰਘ ਖਜ਼ਾਨਚੀ ਸੀਗਾ, ਜਿਹੜਾ ਉਹ ਕਹਿ ਰਹੇ ਸੀਗੇ ਵੀ ਇਹਦਾ ਹਿਸਾਬ ਵੀ ਪੈਸੇ ਪੂਰੇ ਨਹੀਂ ਹੈਗੇ, ਪਰ ਉਹ ਕਹਿੰਦੇ ਸੀ ਗਿਣਤੀ ਕਰਨ ਤੋਂ ਬਾਅਦ 'ਚ ਜਿਹੜੇ ਪੈਸੇ ਪੂਰੇ ਹੋ ਚੁੱਕੇ ਆ। ਉਹ ਇਹਨਾਂ ਦਾ ਕਈ ਦਿਨ ਦੀ ਜਿਹੜੀ ਆਸ ਵਿੱਚ ਟਸਲ ਚੱਲਦੀ ਸੀ, ਉਹ ਕਹਿੰਦਾ ਸੀਗਾ ਵੀ ਤੁਸੀਂ ਗੁਰਦੁਆਰੇ 'ਚ ਬੋਲੋ ਵੀ ਪੈਸੇ ਪੂਰੇ ਹੋ ਚੁੱਕੇ ਆ। ਪਰ ਉਸੇ ਰੰਜਿਸ਼ ਦੇ ਵਿੱਚ ਹੀ ਅੱਜ ਸਵੇਰਿਓਂ ਜਿਹੜਾ ਜੰਗ ਸਿੰਘ ਜਿਹੜਾ ਆਇਆ, ਉਹ ਜਿਹੜਾ ਜਗਤਾਰ ਸਿੰਘ 'ਤੇ ਵੀ ਇਹਨੇ ਫਾਇਰ ਕੀਤੇ ਆ, ਅਤੇ ਉਦੋਂ ਬਾਅਦ ਕਿਹੜੇ ਇਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜਿਹੜੀ ਆਪਣੀ ਜੀਵਨ ਲੀਲਾ ਖਤਮ ਕਰ ਲਈ ਆ। ਅਤੇ ਇਹਦੇ ਵਿੱਚ ਜਿਹੜੇ ਹੁਣ ਇਹਦੀ ਤਫਤੀਸ਼ ਚੱਲ ਰਹੀ ਆ, ਜਿਹੜੇ ਇਹਦੇ ਬੇਟੇ ਨੇ ਬਿਆਨ 'ਤੇ ਇਹਨਾਂ ਦੇ ਖਿਲਾਫ਼ ਬਿਆਨ ਲਿਖਾਇਆ, ਉਹਨਾਂ ਦੇ ਖਿਲਾਫ਼ ਕਾਰਵਾਈ ਕਰਕੇ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਪਿਛ ਅਦਾਲਤ ਕੀਤੇ ਜਾਣ। ਅਤੇ ਸਰ ਕੋਈ ਸੁਸਾਈਡ ਨੋਟ ਵੀ ਮਿਲਿਆ? ਹਾਂ, ਸੁਸਾਈਡ ਨੋਟ ਵੀ ਮਿਲਿਆ। ਉਹਦੇ ਵਿੱਚ ਵੀ ਇਹ ਤਿੰਨਾਂ ਦਾ ਨਾਂ ਹੀ ਹੈਗਾ, ਜਗਤਾਰ ਸਿੰਘ ਦਾ, ਬਲਜੀਤ ਸਿੰਘ ਦਾ ਅਤੇ ਜਸਵੀਰ ਸਿੰਘ ਦਾ। ਅਤੇ ਗੋਲੀ ਨੇ ਆਪਦੇ ਆਪ ਨੂੰ ਖੁਦ ਨੂੰ ਕਿੱਥੇ ਮਾਰੀ ਸੀਗੀ? ਉਹ ਗੁਰਦੁਆਰਾ ਸਾਹਿਬ ਦੇ ਅੰਦਰਲੇ ਪਾਸੇ ਜਾ ਅੰਦਰਲੇ ਪਾਸੇ ਮਾਰੀ। ਕਿੰਨੀਆਂ ਗੋਲੀਆਂ ਚਲਾਈਆਂ ਜੀ ਟੋਟਲ? ਹੁਣ ਇਹ ਤਫਤੀਸ਼ ਦੇ ਵਿੱਚ ਆਜੂਗਾ ਜਿੰਨੀਆਂ ਵੀ ਗੋਲੀਆਂ ਚੱਲੀਆਂ, ਉੱਥੇ ਸੀਸੀ ਫੋਟੋਜ਼ ਵੀ ਹੈਗੀਆਂ, ਸਾਰਾ ਕੁਛ ਉਹਦੇ ਵਿੱਚ ਜੋ ਵੀ ਆ ਸਾਹਮਣੇ ਆਜੂਗੀ ਸਾਰੀ। ਅਤੇ ਸਰ ਇਹ ਰੌਲਾ ਪੈਸੇ ਦਾ ਹੀ ਸੀਗਾ ਕਮੇਟੀ ਦੇ? ਹਾਂ, ਪੈਸਿਆਂ ਦਾ ਕਮੇਟੀ ਦੇ। ਉਹ ਕਹਿੰਦਾ ਜੀ ਮੈਨੂੰ ਬਦਨਾਮ ਕਰ ਰਹੇ ਆ ਵੀ ਮੈਂ ਕੋਈ ਪੈਸਾ ਖਾਧਾ ਨਹੀਂ ਗਾ, ਉਹਦੇ ਕਰਕੇ ਇਹ ਜਿਹੜਾ ਹੋਇਆ ਸਰ। ਅਤੇ ਪਰਚਾ ਦਰਜ ਹੋ ਗਿਆ? ਪਰਚਾ ਦਰਜ ਕਰ ਰਹੇ ਹਾਂ ਜਲਦੀ। ਹਾਂ, ਜੰਗ ਸਿੰਘ ਮੌਕੇ 'ਤੇ ਮੌਤ। 32 ਬੋਰ ਰਿਵਾਲਵਰ ਸੀਗਾ ਉਹਦਾ, ਉਹ ਵੀ ਅੱਗੇ ਅਗਾਂਹ ਫਰਦਰ ਸਾਰੀ ਕਰ ਰਹੇ ਹਾਂ। ਇਹ ਤਕਰੀਬਨ ਕੋਈ 5 ਕੁ ਵਜੇ ਸਾਨੂੰ ਪਤਾ ਲੱਗਿਆ। ਮੋਗਾ ਤੋਂ ਬਿੱਟੂ ਪੂਰਬਾ ਦੀ ਰਿਪੋਰਟ, ਪੰਜਾਬ ਟੂਡੇ।